ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਾਂ ਨੂੰ ਜੀ ਆਇਆਂ ਨੂੰ ਪੰਜਾਬ ਚ ਇਹਦੇ 15 ਜਨਵਰੀ ਨੂੰ ਸਵੇਰੇ 10 ਤੋਂ ਲੈ ਕੇ ਸ਼ਾਮ 5 ਵਜੇ ਤੱਕ ਲੱਗੇਗਾ ਬਿਜਲੀ ਦਾ ਵੱਡਾ ਕਟ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਜ ਤੋਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹਾਂਜੀ ਫਰੀਦਕੋਟ ਦੇ ਕੁਝ ਇਲਾਕਿਆਂ ਵਿੱਚ ਜਿੱਥੇ 15 ਜਨਵਰੀ ਨੂੰ ਬਿਜਲੀ ਬੰਦ ਕੀਤੀ ਜਾ ਰਹੀ ਹੈ ਉੱਥੇ ਹੀ ਸਾਰੇ ਇਲਾਕੇ ਇਸ ਬਿਜਲੀ ਸਪਲਾਈ ਦੇ ਕਾਰਨ ਬਹੁਤ ਜ਼ਿਆਦਾ ਪ੍ਰਭਾਵਿਤ ਹੋਣ ਕੀ ਬਿਜਲੀ ਸਪਲਾਈ ਜ਼ਰੂਰਤ ਮੁਰੰਮਤ ਦੇ ਚੱਲਦੇ ਹੋਇਆ ਬੰਦ ਕੀਤੀ ਜਾ ਰਹੀ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਵਧੀਕ ਨਿਗਰਾਨ ਇੰਜੀਨੀਅਰ ਮਨਦੀਪ ਸਿੰਘ ਸਿੱਧੂ ਪੀਐਸਪੀਐਸ ਐਲ ਵੰਡ ਮੰਡਲ ਫਰੀਦਕੋਟ ਨੇ ਦੱਸਿਆ ਕਿ ਬਿਜਲੀ ਦਾ ਕੱਟ ਜ਼ਰੂਰੀ ਮੁਰੰਮਤ ਦੇ ਕਾਰਨ ਲਗਾਇਆ ਜਾ ਰਿਹਾ ਹੈ ਜਿੱਥੇ 132 ਕੇਵੀ ਸਬਸਟੇਸ਼ਨ ਸਰਦੀ ਕਰੋੜ ਫਰੀਦਕੋਟ ਤੇ 66 ਕੇਵੀ ਸਬਸਟੇਸ਼ਨ ਤਲਵੰਡੀ ਰੋਧ ਫਰੀਦਕੋਟ ਵਿਖੇ ਮੁਰੰਮਤ ਤੇ ਚੱਲਦੇ ਹੋਏ ਇਹ ਕੱਟ ਲੱਗਾ ਜੜੇ ਇਲਾਕੇ ਇਸ ਬਿਜਲੀ ਦੇ ਕੱਟ ਦੀ ਮਾਰ ਚੱਲ ਰਹੇ ਨੇ ਉਹਨਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਜਾ ਰਹੀ ਜਿੰਨਾ ਵਿੱਚ ਟੀਚਰ ਕਲੋਨੀ ਮੈਡੀਕਲ ਹਸਪਤਾਲ ਲਾਈਨ ਬਾਜ਼ਾਰ ਨਿਊ ਕੈਂਟ ਰੋਡ ਪਾਨ ਸਿੰਘ ਕਲੋਨੀ ਫਰੀਦਕੋਟ ਪੁਰਾਣੀ ਕੋਟ ਰੇਟ ਦਸ਼ਮੇਸ਼ ਨਗਰ ਸਾਧਿਕ ਰੋਡ ਫਰੋਜ਼ਪੁਰ ਰੋਡ ਗੁਰੂ ਨਾਨਕ ਕਲੋਨੀ ਫਰੀਦਕੋਟ ਇਸ ਤੋਂ ਇਲਾਵਾ ਸ਼ਹਿਰ ਦੇ ਲਗਲੇ ਪੂਰਬੀ ਹਿੱਸੇ ਦੇ ਪਿੰਡਾਂ ਵਿੱਚ ਅਤੇ ਸ਼ਹਿਰੀ ਏਰੀਆ ਜਿਵੇਂ ਕਿ ਹਰਿੰਦ੍ਰਾਨਗਰ ਬਲਬੀਰ ਬਸਤੀ ਗ੍ਰੀਨ ਅਵੇਨਿਊ ਤੇ ਡੋਗਰ ਬਸਤੀ ਆਦੀ ਸਾਰੇ ਕੇਵੀ ਵਿਧਰਾ ਦੀ ਬਿਜਲੀ ਸਪਲਾਈ ਪ੍ਰਭਾਵਿਤ ਕਰਨਗੇ ਇਹਨਾਂ ਖੇਤਰਾਂ ਵਿੱਚ ਜ਼ਰੂਰਤ ਹੀ ਮੁਰੰਮਤ ਦੇ ਚੱਲਦਿਆਂ ਮਿਤੀ 15 ਤਰੀਕ ਪਹਿਲਾ ਮਹੀਨਾ 2022 ਸ਼ਨੀਵਾਰ ਨੂੰ 10 ਤੋਂ ਲੈ ਕੇ 5 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ ਖਬਰ ਨੂੰ ਲਾ ਸਕਦੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ